ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਅਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੇ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮੈਡਮ ਪਾਰੂਲ ਗੁਪਤਾ, ਲੇਸਿਕ ਸਰਜਨ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਲਗਭਗ 200 ਦੇ ਕਰੀਬ ਮਰੀਜ਼ਾਂ ਨੇ ਅੱਖਾਂ ਦਾ ਚੈੱਕਅਪ ਕਰਾਇਆ ਤੇ ਉਹਨਾਂ ਦੇ ਇਲਾਜ ਦੇ ਲਈ ਸਲਾਹ ਮਸ਼ਵਰਾ ਕੀਤਾ। ਆਰਥਿਕ ਪੱਖ ਤੋਂ ਕਮਜ਼ੋਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਆਪਰੇਸ਼ਨਾਂ ਲਈ ਚੁਣੇ ਮਰੀਜ਼ਾਂ ਤੇ ਹੋਣ ਵਾਲੇ ਖਰਚੇ ਤੇ 50% ਛੋਟ ਦਿੱਤੀ ਗਈ। ਹਸਪਤਾਲ ਦੇ ਪ੍ਰਬੰਧਕ ਡਾਕਟਰ ਗੁਰਿੰਦਰ ਸਿੰਘ ਮਾਨ ਤੇ ਸਿਮਰਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਹੁਣ ਅਪੈਕਸ ਹਸਪਤਾਲ ਦੇ ਵਿਖੇ ਹਰ ਮੰਗਲਵਾਰ ਡਾਕਟਰ ਪਾਰੂਲ ਗੁਪਤਾ ਅੱਖਾਂ ਦੀਆਂ ਬਿਮਾਰੀਆਂ ਦੇ ਚੈੱਕਅਪ ਕਰਨਗੇ ਤੇ ਹਰ ਮਹੀਨੇ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਜਾਏਗਾ। ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਇੱਥੇ ਮੈਂ ਕੁਛ ਟਾਈਮ ਰਾਮਪੁਰਾ ਸਿਵਲ ਹੋਸਪਿਟਲ ਦੇ ਵਿੱਚ ਵੀ ਕੰਮ ਕੀਤਾ ਹੈ ਤਾਂ ਦੁਬਾਰਾ ਇਟ ਫੀਲਸ ਕਿ ਬੈਕ ਟੂ ਰੂਟਸ ਜਿਵੇਂ ਆ ਗਏ ਹਾਂ। ਅਤੇ ਇੱਥੇ ਆਪਾਂ ਓਪੀਡੀ ਮੰਗਲਵਾਰ ਨੂੰ ਸ਼ੁਰੂ ਕਰ ਰਹੇ ਹਾਂ ਸ਼ਾਮ ਨੂੰ 3 ਤੋਂ ਲੈ ਕੇ 5 ਵਜੇ ਤੱਕ। ਜਿੰਨੇ ਵੀ ਲੋਕ ਹੈਗੇ ਲੋੜਵੰਦ ਜਿਨ੍ਹਾਂ ਨੂੰ ਆਪਣੀ ਅੱਖਾਂ ਦੀਆਂ ਸਮੱਸਿਆ ਹੈ, ਕੋਈ ਚਿੱਟਾ ਮੋਤੀਆ ਹੈ ਜਾਂ ਕੋਈ ਕਿਰਨਾਂ ਰਾਹੀਂ ਆਪਰੇਸ਼ਨ ਅੱਖਾਂ ਐਨਕਾਂ ਉਤਰਵਾਉਣਾ ਚਾਹੁੰਦੇ ਹਨ ਜਾਂ ਕੋਈ ਪਰਦੇ ਦੀ ਸਮੱਸਿਆ ਹੈ, ਉਹ ਸਾਨੂੰ ਇੱਥੇ ਆ ਕੇ ਮਿਲ ਸਕਦੇ ਹਨ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।